ਸ਼੍ਰੀ ਗਣੇਸ਼ਾਏ ਨਮਹਿ, ਓਮ ਸ਼੍ਰੀ ਪਰਮਾਤਮਨੇ ਨਮਹਿ। ਓਮ ਨਾਰਾਇਣੋ ਨਮਸਕ੍ਰਿਤੋ ਨਰੋ ਚੈਵ ਨਰੋਤਮੋ ਦੇਵੀ ਸਰਸਵਤੀ ਵਿਆਸੋ ਤਤੋ ਜੈ ਮੁਦੀਰਯੇਤ। ਓਮ ਨੀਲਾਂਬਜ ਸ਼ਿਆਮਲ ਕੋਮਲੰਗੋਂ ਸੀਤਾ ਸਮਾਰੂਪਿਤਮੋਂ ਭਾਗਵੋਂ ਪਾਣੋ ਮਹਾਸਾਹਿਬ ਚਾਰੂਚਾਪੋ ਨਮਾਮਿ ਰਾਮੋ ਰਘੁਵੰਸਨਾਥਮ। ਓਮ ਅਤੁਲਿਤ ਬਲਧਾਮੋਂ ਹੇਮ ਸੈਲਾਭਦੇਹਮ ਦਨੁਂ ਕ੍ਰਿਸ਼ਾਣੋਂ ਗਿਆਨਿਨੋਂ ਅਗ੍ਰਗਣ੍ਯੋਂ ਸਕਲਗੁਣ ਨਿਧਾਨੋਂ ਵਾਂਦਰਾਂ ਦੇਸੋਂ ਰਘੁਤ ਪ੍ਰਿਯ ਭਕਤੋਂ ਵਾਤ ਜਾਤੋਂ ਨਮਾਮਿ। ਓਮ ਸ਼੍ਰੀ ਹਨੂਮਤੇ ਨਮੋ ਨਮੈ। ਓਮ ਸ਼੍ਰੀ ਜਾਨਕੀ ਵੱਲਭੋ ਵਿਜੈਤੇ। ਪ੍ਰਿਯ ਭਗਤਜਨ, ਪ੍ਰਿਯ ਸਰੋਤਾਜਨ, ਪ੍ਰਿਯ ਦਰਸ਼ਕੋ, ਆਪ ਸਭ ਭਗਤਜਨ ਯੂਟਿਊਬ ਮਾਧਿਅਮ ਸੇ ਮੇਰੇ ਅਧਿਆਤਮਿਕ ਚੈਨਲ ਜੋਤਿਸ਼ ਕਰਮਕਾਂਡ ਪ੍ਰਵਚਨ ਪਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਕੇ ਜੀਵਨ ਚਰਿਤਰੋਂ ਕਾ ਮਨੋਰਮ ਵਰਣਨ ਸਰਵਨ ਕਰ ਰਹੇ ਹੈਂ। ਬੋਲਸਿਆਪਤੀ ਰਾਮ ਚੰਦਰ ਕੀ ਜੈ, ਪਵਨ ਸੁਤ ਹਨੂਮਾਨ ਕੀ ਜੈ। ਮੰਗਲ ਭਵਨ ਅਮੰਗਲ ਹਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਦ੍ਰਵ ਸਦਸਰ ਥੇ ਅਜਰ ਵਿਹਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਮੰਗਲ ਭਵਨ ਅਮੰਗਲ ਹਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਉਮਾ ਸਹਿਤ ਜਿਹ ਜਪਤ ਪੁਰਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਜਿਨ ਕਰ ਨਾਮ ਲੇਤ ਜਗ ਮਾਹੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਸਕਲ ਅਮੰਗਲ ਮੂਲਨ ਸਾਹੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਕਰਤਲ ਹੋਹਿ ਪਦਾਰਥ ਚਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਤੇ ਸਿਯ ਰਾਮ ਕਹਿਓ ਕਾ ਮਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਪੁਰ ਪੂਰਬ ਦਿਸੀ ਗਏ ਦੋ ਭਾਈ, ਯਹਾਂ ਧੁਨ ਸਮਖ ਭੂਮੀ ਬਣਾਈ। ਅਤਿ ਵਿਸਤਾਰ ਚਾਰੂ ਗਚ ਢਾਰੀ, ਬਿਮਲ ਵੇਦਿਕਾ ਰੁਚਿਰ ਸੰਵਾਰੀ। ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਤਥਾ ਉਨਕੇ ਲਘੂ ਭਰਾਤਾ ਲਕਸ਼ਮਣ ਜੀ ਜਨਕਪੁਰੀ ਕਾ ਭ੍ਰਮਣ ਕਰ ਰਹੇ ਹੈ। ਘੁੰਮਤੇ ਘੁੰਮਤੇ ਨਗਰ ਕੀ ਪੂਰਬ ਔਰ ਦੋਨੋ ਭਾਈ ਚਲੇ ਗਏ, ਜਹਾਂ ਰੰਗ ਭੂਮੀ ਧੁਨ ਸਯੱਗ ਕੀ ਰਚਨਾ ਕੀ ਗਈ ਥੀ। ਬੜਾ ਵਿਸਤਾਰ ਹਰਿਤ ਮਣੀਓ ਸੇ ਜੜੀ ਹੋਈ ਔਰ ਬਿਮਲ ਅਰਥਾਤ ਨਿਰਮਲ ਵੇਦਿਕਾ ਪ੍ਰਕਾਸ਼ਮਾਨ ਸੰਵਾਰੀ ਗਈ ਹੈ। ਬੜੀ ਹੀ ਸੁੰਦਰ ਧੁਨਸ਼ ਯੱਗ ਕੇ ਲੀਏ ਰੰਗ ਭੂਮੀ ਕੀ ਰਚਨਾ ਕੀ ਗਈ ਹੈ। ਉਸਕੋ ਦੇਖਣੇ ਕੇ ਲੀਏ ਦੋਨੋ ਹੀ ਭਰਾਤਾ ਜਨਕ ਪੁਰੀ ਕੀ ਪੂਰਬ ਦਿਸ਼ਾ ਮੇ ਚਲੇ ਗਏ ਹੈਂ। ਚਾਹੁੰਦੇ ਸੀ
ਕੰਚਨ ਮੰਚ ਵਿਸ਼ਾਲਾ ਰਚੇ ਜਹਾਂ ਬੈਠੇ ਮਹੀਪਾਲਾ ਤੇਹੀ ਪਾਸੇ ਸਮੀਪ ਚਹੂ ਪਾਸਾ ਅਪਰ ਮੰਚ ਮੰਡਲੀ ਵਿਲਾਸਾ ਉਸ ਧੁਨਸ ਯੱਗ ਕੀ ਰੰਗ ਭੂਮੀ ਕੇ ਪਾਸ ਚਾਰੋਂ ਔਰ ਸੋਨੇ ਕੇ ਬੜੇ ਬੜੇ ਮੰਚਾਨ ਬਣੇ ਹੋਏ ਜਹਾਂ ਰਾਜਾ ਬੈਠੇ ਉਸਕੇ ਪੀਸੇ ਧੋਰੇ ਚਾਰੋਂ ਔਰ ਛੋਟੇ ਛੋਟੇ ਮੰਚਾਨੋਂ ਕੀ ਮੰਡਲੀ ਸੋਭਤ ਹੈ ਕੁਸਕ ਊਂਚ ਸਭ ਭੰਤੀ ਸੁਹਾਈ ਬੈਠ ਹੀ ਨਗਰ ਲੋਕ ਸਭ ਆਈ ਤਿੰਨ ਕੇ ਨਿਕਟ ਵਿਸਾਲ ਸੁਹਾਏ ਧਵਲ ਧਾਮ ਬਹੁ ਵਰਨ ਬਣਾਏ ਉਸੇ ਕੂੰਚਾ ਸਭ ਪ੍ਰਕਾਰ ਸੁਭਾਇਮਾਨ ਜਹਾਂ ਨਗਰ ਵਾਸੀ ਆਣ ਕਰ ਬੈਠੇ ਤਿੰਨਹੋਂ ਕੇ ਧੌਰੇ ਬੜੇ ਔਰ ਸੁਭਾਇਮਾਨ ਅਨੇਕ ਰੰਗ ਕੇ ਉੱਚੇ ਘਰ ਥੇ ਮੰਗਲ ਭਵਨ ਅਮੰਗਲ ਹਾਰੇ ਦ੍ਰਉਸ ਦਸਰਥ ਅਜਰ ਬਿਹਾਰੇ ਮੰਗਲ ਭਵਨ ਅਮੰਗਲ ਹਾਰੇ ਉਮਾ ਸਹਿਤ ਜਿਹੀ ਜਪਤ ਪੁਰਾਰੀ ਜਹ ਬੈਠੀ ਦੇਖਹੀ ਪੁਰ ਨਾਰੀ ਯਥਾ ਯੋਗ੍ਯ ਨਿਜ ਕੁਲ ਅਨੁਹਾਰੀ ਪੁਰ ਬਾਲਕ ਕਹੀ ਕਹੀ ਮ੍ਰਿਦੁ ਵਚਨਾ ਸਾਦਰ ਪ੍ਰਭੁ ਹੀ ਦੇਖਾ ਵਹੀ ਰਚਨਾ ਬੜੀ ਹੀ ਸੁੰਦਰ ਰਚਨਾ ਬਣੀ ਹੋਈ ਹੈ ਰੰਗ ਭੂਮੀ ਕਾ ਸਾਰਾ ਜੋ ਵੀ ਪ੍ਰਬੰਧ ਹੈ ਬੜਾ ਹੀ ਰਮਣੀਕ ਹੈ ਜਹਾਂ ਐਸੀ ਸਥਾਨ ਸੁੰਦਰ ਸਥਾਨ ਬਣੇ ਹੋਏ ਹੈ ਜਹਾਂ ਬੈਠੀ ਹੋਈ ਪੁਰ ਕੀ ਨਾਰੀਆਂ ਆਪਣੇ ਕੁਲਾਂ ਅਨੁਸਾਰ ਬੈਠ ਕਰ ਧੁਨਸ ਜੱਗ ਕੋ ਦੇਖ ਸਕੇ ਨਗਰ ਕੇ ਬਾਲਕ ਕੋਮਲ ਵਚਨ ਕਹਿ ਕਹਿ ਕਰ ਮਿਰਦੂ ਵਚਨ ਕਹਿ ਕਹਿ ਕਰ ਮਿੱਠੇ ਵਚਨ ਕਹਿ ਕਹਿ ਕਰ ਆਦਰ ਸੇ ਮਰਯਾਦਾ ਪੁਰਸ਼ੋਤਮ ਰਾਮ ਚੰਦਰ ਜੀ ਕੋ ਇਸ ਰੰਗ ਭੂਮੀ ਕੀ ਰਚਨਾ ਦਿਖਾਤੇ ਹੈ ਮੰਗਲ ਭਵਨ ਅਮੰਗਲ ਹਾਰੀ ਜੈ ਸਿਆ ਰਾਮ ਜੈ ਜੈ ਸਿਆ ਰਾਮ ਦ੍ਰਉਸ ਦਸਰਥ ਅਜਰ ਬਿਹਾਰੀ ਜੈ ਸਿਆ ਰਾਮ ਜੈ ਜੈ ਸਿਆ ਰਾਮ ਮੰਗਲ ਭਵਨ ਅਮੰਗਲ ਹਾਰੀ ਜੈ ਸਿਆ ਰਾਮ ਜੈ ਜੈ ਸਿਆ ਰਾਮ
ਉਮਾ ਸਹਿਤ ਜੇ ਜਪਤ ਪੁਰਾਰੀ ਜੈ ਸਿਆ ਰਾਮ ਜੈ ਜੈ ਸਿਆ ਰਾਮ ਸਭ ਸਿਸੋਈ ਮਿਸ ਪ੍ਰੇਮ ਬਸ ਪਰਸ ਮਨੋਹਰ ਗਾਤ ਰਾਮ ਪਰਸ ਮਨੋਹਰ ਗਾਤ ਤਨੋ ਪੁਲ ਕਹੀਂ ਅਤਿ ਹਰ ਸਹੀਏ ਦੇਖੀ ਦੇਖੀ ਦਉ ਭਰਾਤ ਸਿਆਪਤਿ ਰਾਮ ਜੈ ਜੈ ਰਾਮ ਮੇਰੇ ਪ੍ਰਭੂ ਰਾਮ ਜੈ ਜੈ ਰਾਮ ਅਵਧਪਤਿ ਰਾਮ ਜੈ ਜੈ ਰਾਮ ਕਰੋ ਕਲਿਆਣ ਜੈ ਜੈ ਰਾਮ ਜਨਕਪੁਰੀ ਕੇ ਬਾਲਕੋਂ ਕਾ ਪ੍ਰੇਮ ਉਨਕੋ ਪ੍ਰਾਪਤ ਹੋ ਰਹਾ ਆਨੰਦ ਇਸ ਕਾ ਮਨੋਰਮ ਪ੍ਰਸੰਗ ਗੋਸਵਾਮੀ ਤੁਲਸੀ ਦਾਸ ਜੀ ਨੇ ਬੜੇ ਹੀ ਮਾਰਮਿਕ ਸ਼ਬਦੋਂ ਮੈਂ ਵਰਣਨ ਕੀਆ ਹੈ। ਜਨਕਪੁਰੀ ਕੇ ਬਾਲਕ ਬੜੇ ਹੀ ਚਾਵ ਸੇ ਬੜੇ ਹੀ ਆਨੰਦ ਸੇ ਰਾਮਚੰਦਰ ਜੀ ਔਰ ਲਕਸ਼ਮਣ ਜੀ ਕੇ ਸਾਥ ਭ੍ਰਮਣ ਕਰ ਰਹੇ ਹਨ। ਉਨਕੋ ਬੜਾ ਆਨੰਦ ਆ ਰਹਾ ਹੈ। ਸ਼੍ਰੀ ਰਾਮਚੰਦਰ ਜੀ ਔਰ ਲਕਸ਼ਮਣ ਕੇ ਦਰਸ਼ਨ ਕਰਕੇ ਬੜੇ ਹੀ ਪ੍ਰਸੰਨ ਹੋ ਰਹੇ ਹਨ, ਕਿਰਤਾਰਥ ਹੋ ਰਹੇ ਹਨ। ਵੇ ਬੱਚੇ ਭਗਵਾਨ ਕੇ ਸੁੰਦਰ ਕੋਮਲ ਰੂਪ ਕੋ ਹੱਥ ਲਗਾ ਲਗਾ ਕਰ ਦੇਖ ਰਹੇ ਹਨ, ਆਨੰਦ ਪ੍ਰਾਪਤ ਕਰ ਰਹੇ ਹਨ। ਇਸ ਕਾ ਵਰਣਨ ਕਰਦੇ ਹੋਏ ਗੋਸਵਾਮੀ ਤੁਲਸੀਦਾਸ ਜੀ ਕਹਿਤੇ ਹੈਂ, ਸਭ ਬਾਲਕ ਪ੍ਰੇਮ ਸੇ ਇਸੀ ਬਹਾਨੇ ਮਨੋਹਰ ਸਰੀਰ ਕੋ ਸਪਰਸ਼ ਕਰਕੇ ਆਪਣੇ ਸਰੀਰ ਸੇ ਪੁਲਕਿਤ ਹੋ ਰਹੇ ਹੈਂ, ਪ੍ਰਸੰਨ ਹੋ ਰਹੇ ਹੈਂ। ਭਗਵਾਨ ਮਰਿਆਦਾ ਪੁਰਸ਼ੋਤਮ ਰਾਮ ਚੰਦਰ ਜੀ ਕੇ ਸੁੰਦਰ ਸਰੀਰ ਕੋ ਸਪਰਸ਼ ਕਰਕੇ ਤਥਾ ਲਕਸ਼ਮਣ ਜੀ ਕੇ ਸੁੰਦਰ ਸਰੀਰ ਕੋ ਸਪਰਸ਼ ਕਰਕੇ ਬੜਾ ਹੀ ਆਨੰਦ ਪ੍ਰਾਪਤ ਕਰ ਰਹੇ ਹੈਂ ਔਰ ਪ੍ਰਸੰਨ ਹੋ ਰਹੇ ਹੈਂ, ਪੁਲਕਿਤ ਹੋ ਰਹੇ ਹੈਂ ਔਰ ਮਨ ਮੇਂ ਪ੍ਰਸੰਨਤਾ ਦੋਨੋਂ ਭਰਾਤਾਓ ਕੇ ਦਰਸ਼ਨ ਕਰਕੇ ਦੇਖ ਕਰਕੇ ਮਨ ਮੇਂ ਪ੍ਰਸੰਨਤਾ ਹੋ ਰਹੀ ਹੈ। ਸਭ ਸਿਸੁ ਰਾਮ ਪ੍ਰੇਮ ਬਸ ਜਾਣੇ ਪ੍ਰੀਤੀ ਸਮੇਤ ਨਿਕੇਤ ਬਖਾਨੇ ਨਿਜ ਨਿਜ ਰੁਚੀ ਸਭ ਲੈਹੀ ਬੁਲਾਈ ਸਹਿਤ ਸਨੇਹ ਜਾਹੀ ਦਉ ਭਾਈ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਨੇ ਸਭ ਬਾਲਕੋਂ ਕੋ ਪ੍ਰੇਮ ਬਸ ਜਾਣ ਕਰ ਪ੍ਰੀਤੀ ਸੇ ਪ੍ਰੇਮ ਸੇ ਸਭ ਕੇ ਸਥਾਨ ਪੂਸੇ। ਭਗਵਾਨ ਨੇ ਪ੍ਰਸੰਨ ਹੋ ਕੇ ਸਭੀ ਬੱਚੋਂ ਕੋ ਉਨਕੇ ਨਾਮ, ਅਰੇ ਤੇਰਾ ਕਿਆ ਨਾਮ ਹੈ, ਤੇਰੇ ਪਿਤਾ ਕਾ ਕਿਆ ਨਾਮ ਹੈ, ਔਰ ਆਪਕਾ ਘਰ ਕਿਧਰ ਹੈ, ਆਪਕਾ ਘਰ ਕਹਾਂ ਹੈ, ਆਪ ਕਹਾਂ ਰਹਿਤੇ ਹੈ, ਇਸ ਪ੍ਰਕਾਰ ਕੀ ਪ੍ਰੇਮ ਪੂਰਵਕ ਬਾਤੇ ਭਗਵਾਨ ਬੱਚੋਂ ਕੇ ਸਾਥ ਕਰ ਰਹੇ ਹੈਂ। ਆਪਣੀ ਆਪਣੀ ਰੁਚੀ ਸੇ ਸਭ ਬੁਲਾ ਲੇ ਔਰ ਪ੍ਰੀਤੀ ਸਹਿਤ ਦੋਨੋਂ ਭਾਈ ਜਾਏ। ਆਪਣੀ ਆਪਣੀ ਰੁਚੀ ਸੇ ਜੋ ਵੀ ਬੱਚੇ ਉਨਕੋ ਬੁਲਾ ਲੇਤੇ ਹੈਂ, ਆਪਣਾ ਘਰ ਦਿਖਲਾ ਦੇਤੇ ਹੈਂ,
ਔਰ ਕੋਈ ਆਪਣੀ ਰੁਚੀ ਕੇ ਸੁੰਦਰ ਸਥਾਨ ਦਿਖਾਉਣਾ ਚਾਹਤੇ ਹੈ ਉਹਨਾਂ ਬੱਚੋਂ ਕੇ ਸਾਥ ਦੋਨੋਂ ਭਾਈ ਰਾਮ ਲਕਸ਼ਮਣ ਜੀ ਜਾ ਰਹੇ ਹੈਂ, ਜਨਕਪੁਰੀ ਕਾ ਭ੍ਰਮਣ ਕਰ ਰਹੇ ਹੈਂ, ਜਨਕਪੁਰੀ ਕੋ ਦੇਖ ਰਹੇ ਹੈਂ। ਰਾਮ ਦਿਖਾਵਹੀਂ ਅਨੁਜ ਹੀ ਰਚਨਾ, ਕਹੀ ਮ੍ਰਿਦੁ ਮੋਧੁਰ ਮਨੋਹਰ ਬਚਨ, ਲਵ ਨਿਮੇਸ ਮਹਿ ਭੁਵਨ ਨਿਕਾਇਆ, ਰਚੈ ਜਾਸੁ ਅਨੁਸ਼ਾਸਨ ਮਾਇਆ। ਮਰਯਾਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਆਪਣੇ ਲਘੂ ਭਰਾਤਾ ਲਕਸ਼ਮਣ ਜੀ ਕੋ ਨਾਗਰ ਕੀ ਰਚਨਾ ਦਿਖਾਤੇ ਔਰ ਕੋਮਲ ਮਧੁਰ ਮਨੋਹਰ ਬਚਨ ਕਹਿਤੇ ਹੈਂ। ਜਹਾਂ ਤੱਕ ਮਨੁਸ਼ ਭਾਵ ਵਰਣਨ ਕਰ, ਅਵ ਈਸ਼ਵਰਤਾ ਦਿਖਾਤੇ ਹੈਂ। ਭਗਵਾਨ ਸ਼ਿਵ ਜਗਤ ਜਨਨੀ ਮਾਤਾ ਪਾਰਵਤੀ ਜੀ ਕੋ ਉਮਾ ਜੀ ਕੋ ਸ਼੍ਰੀ ਰਾਮਚਰਿਤ ਵਰਣਨ ਕਰ ਰਹੇ ਹੈਂ। ਭਗਵਾਨ ਸ਼ਿਵ ਕਹਿਤੇ ਹੈਂ, ਹੇ ਪਾਰਵਤੀ, ਏਕ ਲਵ ਭਾਵ ਏਕ ਨਿਮਿਸ਼ ਮੇਂ ਹੀ, ਏਕ ਬਹੁਤ ਹੀ ਕਮ ਸਮੇਂ ਮੇਂ ਹੀ, ਸਕਿੰਟੋਂ ਮੇਂ ਹੀ, ਆਦ ਨਿਵੇਸ਼ ਕੇ ਪੂਰੇ ਹੋਣੇ ਤੱਕ, ਭੁਗਣੋ ਕਾ ਸੰਭੂ ਜਿਨ ਕੀ ਆਗਿਆ ਸੇ, ਮਾਇਆ ਰਚ ਦੇਤੀ ਹੈ। ਭਗਵਾਨ ਕੇ ਤੋ ਏਕ ਹੀ ਕਿਰਪਾ ਕਟਾਕਸ਼ ਸੇ ਨਿਮਿਸ਼ ਭਰ ਮੇਂ, ਪਲ ਭਰ ਮੇਂ, ਮਿੰਟੋਂ ਸਕਿੰਟੋਂ ਮੇਂ ਹੀ ਮਾਇਆ ਉਨਕੀ ਆਗਿਆ ਪਾ ਕਰ ਬ੍ਰਹਮੰਡੋਂ ਕੀ ਰਚਨਾ ਕਰ ਦੇਤੀ ਹੈ। ਵੇ ਮੇਰੇ ਪ੍ਰਭੂ ਮਰਯਾਦਾ ਪੁਰਸ਼ੋਤਮ ਰਾਮ ਜਨਕਪੁਰੀ ਕੋ ਦੇਖ ਕਰ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹੈਂ ਔਰ ਨਗਰ ਕੀ ਸੁੰਦਰ ਰਚਨਾ ਬੜੇ ਹੀ ਪ੍ਰੇਮ ਸੇ ਆਪਣੇ ਲਘੂ ਭਰਾਤਾ ਲਕਸ਼ਮਣ ਕੋ ਦਿਖਾ ਰਹੇ ਹੈਂ। ਭਗਤ ਹੇ ਤੋ ਸੋਈ ਦੀਨ ਦਿਆਲਾ, ਚਿਤਵਤ ਚਕਿਤ ਧਨੁਸ ਮਖਸਾਲਾ, ਕੌਤਕ ਦੇਖ ਚਲੇ ਗੁਰੂ ਪਾਹੀ, ਜਾਨੀ ਬਿਲੰਬ ਵਾਸ ਮਨ ਮਾਹੀ। ਭਗਤ ਵਸਲ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਸੋ ਦੀਨੋਂ ਕੇ ਉੱਪਰ ਦਿਆਲੂ ਭਗਤਾਂ ਕੇ ਹੇਤੂ ਪ੍ਰਭੂ ਰਾਮ ਧੁਨ ਸਜਨ ਯੱਗ ਕੀ ਰੰਗ ਭੂਮੀ ਕੋ ਚਕਿਤ ਹੋ ਕਰ ਦੇਖਤੇ ਹੈਂ, ਬੜੀ ਹੈਰਾਨੀ ਸੇ ਦੇਖਤੇ ਹੈਂ। ਬੜਾ ਸੁੰਦਰ ਰੰਗ ਭੂਮੀ ਬਣਾਈ ਹੋਈ ਹੈ, ਬੜੀ ਸੁੰਦਰ ਯੱਗਸ਼ਾਲਾ ਬਣਾਈ ਹੋਈ ਹੈ। ਐਸੇ ਮੇਰੇ ਪ੍ਰਭੂ ਜਿਨ ਕੇਕ ਕਿਰਪਾ ਕਟਕਸ਼ ਸੇ ਨਿਮਿਸ਼ ਭਰ ਮੇਂ ਪਲ ਭਰ ਮੇਂ ਹੀ ਮਾਇਆ ਆਗਿਆ ਪਾ ਕਰ ਅਨੇਕੋਂ ਬ੍ਰਹਮੰਡੋਂ ਕੀ ਰਚਨਾ ਕਰ ਦਿੱਤੀ ਹੈ। ਵੇ ਵੀ ਭਗਤੋਂ ਕੋ ਮਾਨ ਦੇਣੇ ਕੇ ਲੀਏ, ਭਗਤੋਂ ਕਾ ਹਿੱਤ ਕਰਨੇ ਕੇ ਲੀਏ, ਭਗਤੋਂ ਕਾ ਸਤਿਕਾਰ ਕਰਨੇ ਕੇ ਲੀਏ, ਉਸ ਰੰਗ ਭੂਮੀ ਕੋ ਉਸ ਜੱਗਸ਼ਾਲਾ ਕੋ ਬੜੇ ਹੀ ਚਕਿਤ ਹੋ ਕਰ ਦੇਖ ਰਹੇ ਹੈਂ, ਬੜੇ ਹੀ
अचंभे से देख रहे हैं, बड़े ही हैरान होकर देख रहे हैं। यह कौतुक देख देर हुई जान डरते हुए गुरु पे चले। इस सुंदर रंग भूमि को, यज्ञशाला को देखकर, इस सब कौतुक को देखकर प्रभु राम और लक्ष्मण गुरुदेव की जी के डर से के देर हो रही है गुरु महाराज की और चल दिए। जासो त्रास डर कौन डर होई, भजन प्रभाव दिखावत सोई। कही बातें मृदु मधुर सुहाई, किए विदा बालक मरियाई। जासु त्रास डर कहाँ डर होई, भजन प्रभाव दिखावत सोई। कही वांते मृदु मधुर सुहाई, किए विदा बालक मरियाई। मेरे प्रभु भगवान मर्यादा पुरुषोत्तम राम, जिनके प्रभाव से इस संसार को डराने वाले डर को भी डर लगता है, वे प्रभु अपने गुरु से डर रहे हैं कि नाराज ना हो जाएं। जहां पर भगवान ने भजन का प्रभाव दिखाया है कि किस प्रकार महामुनि विश्वामित्र जी के भजन का इतना प्रभाव है कि परब्रह्म परमात्मा श्री राम भी उनसे डरते हैं। जिसके डर से डर को भी डर लगे, सो भक्तों से डरें, सो गुरु से डरें। यह भजन की बड़ाई दिखाई गई है। तब रघुनाथ जी ने कोमल मीठी मधुर बातें कहकर बालकों को हठ से विदा किया कि हे बच्चों, हे साथियों, हे सिखाओ, अब अपने अपने घर को जाओ। उनकी इच्छा संग जाने की थी। बच्चे भगवान का साथ नहीं छोड़ रहे थे, साथ ही जाना चाहते हैं कि जिधर जाते हैं हम तो उधर ही जाएंगे। परंतु मर्यादा पुरुषोत्तम रामचंद्र जी और लक्ष्मण जी गुरु के डर से के देर हो रही है गुरु की और चल पड़े हैं, गुरु को के पास आने लगे हैं और बच्चों को मधुर वाणी से उनको अपने अपने घर जाने के लिए विदा कर दिया है। मंगल भवन अमंगल हारी, जय सिया राम जय जय सिया राम, द्रव सुदरथ अजर बिहारी, जय सिया राम जय जय सिया राम, मंगल भवन अमंगल हारी, जय सिया राम जय जय सिया राम,
ਉਮਾ ਸਹਿਤ ਜੈ ਜਪਤ ਪੁਰਾਰੀ, ਜੈ ਸਿਆ ਰਾਮ ਜੈ ਜੈ ਸਿਆ ਰਾਮ। ਸਭੈ ਸੇਮ ਬਨੀਤ ਅਤਿ, ਸੰਕੁਚ ਸਹਿਤ ਦਉ ਭਾਈ, ਗੁਰੂ ਪਦ ਪੰਕਜ ਨਾਏ ਸਿਰ, ਬੈਠੇ ਆਯੁਸ ਪਾਈ। ਭੈ ਨਗਰ ਮੇ ਦੇਰ ਲੱਗ ਜਾਣੇ ਕਾ, ਪ੍ਰੇਮ ਬਾਲਕੋਂ ਕਾ, ਔਰ ਬਨੀਤ ਅਰਥਾਤ ਨਿਮਰਤਾ ਜੋ ਉਨਮੇ ਹੈ, ਆਪਣੇ ਅੰਗੋਂ ਕੀ। ਸੰਕੁਚ ਜਹ ਕੇ ਮੁਨੀ ਕਾ ਸੰਗ ਛੋੜ ਨਗਰ ਦੇਖਣੇ ਗਏ, ਇਸ ਲਈ ਸੰਖਿਆ ਰਹੇ ਹੈ ਕਿ ਗੁਰੂ ਕੋ ਛੋੜ ਕਰ ਆਪ ਜਨਕਪੁਰੀ ਕੇ ਸੈਰ ਸਪੱਟੇ ਕਰਨੇ ਚਲੇ ਗਏ, ਇਸ ਲਈ ਸੰਖਿਆ ਰਹੇ ਹੈ। ਸੰਖਿਆ ਹੈ ਮਨ ਮੇ ਸੰਕੁਚ, ਦੋਨੋ ਭਾਈ ਗੁਰੂ ਕੇ ਚਰਨ ਕਮਲੋਂ ਮੇ ਸਿਰ ਨਵਾਏ, ਆਗਿਆ ਪਾਏ ਗੁਰੂ ਜੀ ਕੇ ਚਰਨ ਕਮਲੋਂ ਕੇ ਪਾਸ ਬੈਠ ਗਏ। ਨਿਸੀ ਪਰਵੇਸ ਮੁਨੀ ਆਯੁਸ ਦੀਨਾ, ਸਭ ਹੀ ਸੰਧਿਆ ਵੰਦਨ ਕੀਨਾ, ਕਹਿਤ ਕਥਾ ਇਤਿਹਾਸ ਪੁਰਾਣੀ, ਰੁਚਿਰ ਰਜਨੀ ਜੁਗ ਜਾਮ ਬਿਹਾਨੀ। ਜਬ ਰਾਤਰੀ ਹੁਣੇ ਆਈ ਤਾਂ ਮਹਾਮੁਨੀ ਵਿਸ਼ਵਾਮਿੱਤਰ ਜੀ ਨੇ ਆਗਿਆ ਦੀ, ਔਰ ਸਭ ਨੇ ਸੰਧਿਆ ਵੰਦਨ ਕੀਆ, ਭਾਵ ਗੁਰੂ ਜੀ ਨੇ ਵੀ ਔਰ ਰਾਮ ਲਕਸ਼ਮਣ ਜੀ ਨੇ ਵੀ ਸੰਧਿਆ ਵੰਦਨ ਕੀਆ। ਪੁਰਾਣ ਕੀ ਸੁੰਦਰ ਇਤਿਹਾਸ ਕਥਾ ਕਹਿਤੇ ਹੋਏ, ਸੁੰਦਰ ਪੁਰਾਣੋਂ ਕੀ ਧਾਰਮਿਕ ਕਥਾਏ ਕਹਿਤੇ ਹੋਏ ਸੁਣਤੇ ਹੋਏ, ਸੁੰਦਰ ਰਾਤਰੀ ਦੋ ਪਹਿਰ ਬੀਤ ਗਈ, ਭਾਵ ਸੋਨੇ ਸੇ ਪਹਿਲੇ ਵੇਦ ਪੁਰਾਣੋਂ ਕੀ ਕਥਾਏ ਸਰਵਣ ਕਰ ਰਹੇ। ਮੁਨੀਵਰ ਸੈਨ ਕੀਨ ਤਬ ਜਾਈ, ਲਗੇ ਚਰਨ ਚਾਪਣ ਦਉ ਭਾਈ, ਜਿਨਕੇ ਚਰਨ ਸਰੋਰ ਹੁਲਾਗੇ, ਕਰਤ ਵਿਵਿਧ ਜਪ ਯੋਗ ਵਿਰਾਗੀ। ਮੁਨੀਵਰ ਸੈਨ ਕੀਨ ਤਬ ਜਾਈ, ਲਗੇ ਚਰਨ ਚਾਪਨ ਦਉ ਭਾਈ, ਜਿਨਕੇ ਚਰਨ ਸਰੋਰ ਹੁਲਾਗੇ, ਕਰਤਵ ਵਿਦ ਜਪ ਯੋਗ ਵਿਰਾਗੇ।
तब विश्वामित्र ने शयन किया, दोनों भाई चरण दबाने लगे। जिनके चरण कमल सेवा करने की, को योगी वैरागी अनेक प्रकार के जप योग करते हैं, वे प्रभु अपने गुरु महाराज के चरण कमल दबा रहे हैं। श्री गुरु चरण सरोज रज निज मन मुकर सुधार, वरण रघुवर विमल जस जो दायक फल चार। बुद्धिहीन तनु जान के सिमरों पवन कुमार, बल बुद्धि विद्या देहु मोहे हरहु कलेश विकार। भगवान परब्रह्म परमात्मा मर्यादा पुरुषोत्तम भगवान राम लक्ष्मण अपने गुरु महाराज की सेवा में उनके चरण कमल दबा रहे हैं। ते दो बंधु प्रेम जनु जीते, गुरु पद कमल पलोटत प्रीते। बार बार मुनि आज्ञा दिने, रघुवर जाए सैन तब कीनी। श्री गुरु चरण सरोज रज निज मन मुकर सुधार। वे दोनों भाई मानो प्रेम ने जीत लिए हैं, गुरु के चरण कमल प्रेम से दाबते हैं। जब बार बार महामुनि विश्वामित्र जी ने आज्ञा दी, तब रामचंद्र जी ने जाय कर सैन किया। चापत चरण लखन उर लाए, सभैस प्रेम परम सुख पाए। पुनि पुनि प्रभु कह सो बहुता, पौड़े धरे और पद जल जाता। फिर भगवान के लघु भ्राता लक्ष्मण जी ने रामचंद्र जी के चरण दबाने शुरू कर दिए। लक्ष्मण जी भगवान के चरण दबा रहे हैं तो रामचंद्र जी ने हृदय से लगाया। भय नींद के उचट जाने का और कोमल पद को कड़े हाथ से कसक पहुंचाने का और प्रेम चरण सेवा नेका, लक्ष्मण जी का जान परम सुख पाया। भाव भगवान के चरण कमलों को दबाते हुए लक्ष्मण जी परमानंद की प्राप्ति कर रहे हैं। बार बार रामचंद्र जी ने कहा, भाई अब सो जाओ। तब चरण कमल हृदय में धारण कर लक्ष्मण जी सोने के लिए चले गए।
इस प्रकार ऐसा आनंद प्राप्त कर रहे हैं। मंगल भवन अमंगल हारी, जय सिया राम जय सिया राम, रवि सुदशरथ अजर बिहारी, जय सिया राम जय सिया राम। उठे लखन निसि विगत सुने, अरुण शिखा धुनि कान राम, अरुण शिखा धुनि कान। गुरु ते पहले जगत पते, जागे राम सुजान सिया पति राम, जय राम मेरे प्रभु राम, जय राम अवध पति राम, जय राम करो कल्याण, जय राम। जैसे स्वामी सेवक की सोने की रीति लिखी थी, वैसे ही उठने में कहते हैं कि लक्ष्मण जी जो सबसे पीछे सोए थे, सो लक्ष्मण जी को शब्द उठने का कहा, सोने का नहीं। सो लक्ष्मण जी अरुण शिखा अर्थात मुर्गे के शब्द, मुर्गा बोलते ही मुर्गे के शब्द सुनते ही उठे। लक्ष्मण जी सबसे फिर भी सेवा के लिए सबसे पहले उठे, बाद में सोए थे और सबसे पहले उठे। और राम जी गुरु से पहले जागे, फिर भगवान रामचंद्र जी भी अपने गुरु महाराज महामुनि विश्वामित्र जी की सेवा के लिए गुरु जी से पहले ही जाग उठे। मंगल भवन अमंगल हारी, जय सिया राम जय सिया राम, रघु सुदशरथ अजर बिहारी, जय सिया राम जय सिया राम। मंगल भवन अमंगल हारी, जय सिया राम जय सिया राम, उमा सहित जेहि जपत पुरारी, जय सिया राम जय सिया राम। जिनकर नाम लेत जग माही, जय सिया राम जय सिया राम, सकल मंगल मोलन साही, जय सिया राम जय सिया राम। करतल हो ही पदार्थ चारी, जय सिया राम जय सिया राम, ते सिय राम कहो कामारी, जय सिया राम जय सिया राम। मंगल भवन अमंगल हारी, जय सिया राम जय सिया राम, द्रौपदरथ अजर बिहारी, जय सिया राम जय सिया राम। मंगल भवन अमंगल हारी, जय सिया राम जय सिया राम, उमा सहित जेहि जपत पुरारी, जय सिया राम जय सिया राम। बोल सियापति रामचंद्र की जय, पवन सुत हनुमान की जय, रमापति रामचंद्र की जय, उमापति महादेव की जय। बोलो भाई सब संतन भगतन की जय, बोलो सच्चे दरबार की जय,
ਬੋਲੋ ਸਤ ਸਨਾਤਨ ਧਰਮ ਕੀ ਜੈ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ।